ਅਨੰਤ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵੈਲਕਮ ਟੂ ਦੀ ਸਪਿਰਚੁਅਲ ਜਰਨੀ। ਤੇ ਅੱਜ ਆਪ ਜੀ ਜੋ ਦੇਖ ਰਹੇ ਸੀ ਪਹਿਲੇ ਐਪੀਸੋਡ ਦੇ ਵਿੱਚ, ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਦਾ ਇਨ ਲੋਜ ਹੋਸ ਕਿ ਜਿੱਥੇ ਉਹਨਾਂ ਦਾ ਵਿਆਹ ਹੋਇਆ, ਸ਼ਾਦੀ ਹੋਈ ਕਪੂਰਥਲਾ ਸ਼ਹਿਰ, ਤੇ ਉਸ ਸਥਾਨ ਤੇ ਜਿੱਥੇ ਉਹਨਾਂ ਨੇ ਲਾਵਾਂ ਫੇਰੇ ਲਏ, ਉਹ ਸਥਾਨ ਜਿੱਥੇ ਉਹਨਾਂ ਦਾ ਵਿਆਹ ਹੋਇਆ, ਅੱਜ ਉਹ ਸਥਾਨ ਇੱਕ ਕੀ ਕਹਿੰਦੇ, ਜਿਸ ਤਰ੍ਹਾਂ ਆਪ ਜੀ ਲੋਨੀ ਦਰਬਾਰ ਜਾਂਦੇ ਹੋ, ਬਟਾਲਾ ਦਰਬਾਰ ਜਾਂਦੇ ਹੋ ਜਾਂ ਬਰਮਿੰਗਮ ਦਰਬਾਰ, ਹੋਰ ਦਰਬਾਰਾਂ ਤੇ ਜਾਂਦੇ, ਅੱਜ ਉਹ ਵੀ ਇੱਕ ਦਰਬਾਰ ਦੇ ਰੂਪ 'ਚ ਸੱਜ ਗਿਆ ਜਿੱਥੇ ਲੋਕੀ ਜਾਂਦੇ ਨੇ, ਮੁਰਾਦਾਂ ਮੰਗਦੇ ਨੇ, ਦਰਸ਼ਨ ਕਰਦੇ ਨੇ। ਕਿਉਂਕਿ ਮਹਾਰਾਜ ਨੇ ਵਚਨ ਦਿੱਤਾ ਕਿ ਜਿੱਥੇ ਜਿੱਥੇ ਚਰਨ ਪੈਂਦੇ ਨੇ ਸੰਤਾਂ ਦੇ, ਆਪ ਜੀ ਨੂੰ ਪਤਾ ਉਹ ਮੱਕਾ ਕਾਬੇ ਤੋਂ ਘੱਟ ਨਹੀਂ ਹੁੰਦਾ, ਤੇ ਇਹਨੂੰ ਵੀ ਮਹਾਰਾਜ ਕਹਿੰਦੇ ਟਾਈਮ ਆਏਗਾ ਕਿ ਲੋਕੀ ਇਹਦੀਆਂ ਇੱਟਾਂ ਵੀ ਪੂਜਣਗੇ। ਅੱਜ ਸਾਡੇ ਨਾਲ ਦੋ ਕੀ ਕਹਿੰਦੇ ਮਹਾਰਾਜ ਜੀ ਦੇ ਪਿਆਰੇ ਭਗਤ ਵਰੁਣ ਨੇ ਦੇ ਕੋਲ ਆਏ ਨੇ, ਤੇ ਜਿਨ੍ਹਾਂ ਨੇ ਉਹ ਟਾਈਮ ਦੇਖਿਆ ਜਦੋਂ ਹਜ਼ੂਰ ਮਹਾਰਾਜ ਦੀ ਸ਼ਾਦੀ ਹੋਈ ਸੀਗੀ, ਤੇ ਆਪਾਂ ਭੈਣ ਜੀ ਨੂੰ ਪੁੱਛਦੇ ਹਾਂ ਕਿ ਵੀ ਇਹਨਾਂ ਨੇ ਉਸ ਟਾਈਮ ਤੇ ਕੀ ਦੇਖਿਆ। ਭੈਣ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਛਾ, ਆਪ ਜੀ ਦਾ ਕੀ ਨਾਂ, ਪਹਿਲੋਂ ਨਾਂ ਨੀ ਪੁੱਛਿਆ। ਹਾਂਜੀ, ਮੇਰਾ ਨਾਂ ਆਸ਼ਾ ਰਾਣੀ ਆ। ਮੈਂ ਨਾਲ ਦਾ ਹੀ ਮਕਾਨ ਆ, ਕੰਧਾਂ ਸਾਡੀਆਂ ਸਾਂਝੀਆਂ। ਅੱਛਾ ਜੀ, ਹਾਂਜੀ। ਤੇ ਆਪ ਜੀ ਦੱਸੋ ਕਿ ਉਸ ਹੋਰ ਬਾਕੀ ਆਪ ਜੀ ਦੱਸੋ ਕਿ ਉਸ ਵੇਲੇ ਜਦੋਂ ਵਿਆਹ ਹੋਇਆ, ਠੀਕ ਹੈ, ਤੇ ਉਹ ਬਾਬਾ ਜੀ ਸੀਗੇ ਤੇ ਘਰ 'ਚ ਵਿਆਹ ਹੋਇਆ, ਤੇ ਕਿੱਦਾਂ ਦਾ ਮਾਹੌਲ ਸੀ ਕਿ ਵੀ ਲੋਕੀ ਜਾਂ ਤੁਸੀਂ ਮਹੱਲੇ ਵਾਲੇ ਸੋਚਦੇ ਨਹੀਂ ਸੀ ਕਿ ਗੁੱਡੀ ਨੂੰ ਕਿਹੜੇ ਬਾਬੇ ਦੇ ਨਾਲ ਵਿਆਹ ਲੱਗੇ ਆ, ਔਰ ਬਾਬਾ ਵੀ ਨਹੀਂ ਲੱਗਦਾ ਬਾਬਾ, ਇਹ ਤੇ ਲੱਗਦਾ ਵੀ ਹੀਰੋ ਹੈ। ਅਸੀਂ ਖੁਦ ਕਹਿ ਰਹੇ ਸੀਗੇ, ਅਸੀਂ ਖੁਦ ਕਹਿੰਦੇ ਸੀਗੇ, ਕਿਉਂ ਅਸੀਂ ਪਹਿਲਾਂ ਦੇਖੇ ਨੇ ਸੀ। ਹਾਂਜੀ, ਫਿਰ ਜਦੋਂ ਅਸੀਂ ਦੇਖਿਆ ਸਾਡੇ ਤਾਂ ਉਦੋਂ ਨਜ਼ਾਰਾ ਹੀ ਕੁਛ ਹੋਰ ਸੀਗਾ। ਉਹ ਤਾਂ ਐਕਟਰ ਲੱਗਣ ਡਏ ਸੀਗੇ। ਅਸੀਂ ਕਿਹਾ ਇਹ ਬਾਬਾ, ਤੇ ਮੈਂ ਮੇਰੇ ਪੇਕਿਆਂ ਤੇ ਜਾ ਕੇ ਗੱਲ ਕੀਤੀ। ਮੈਂ ਪਹਿਲਾਂ ਕਹਿੰਦੀ ਹੁੰਦੀ ਸੀ ਨਾ, ਸਾਡੇ ਬਾਬੇ ਨੇ ਵਿਆਹ ਆਉਣਾ, ਸਾਡੇ ਘਰ ਬਾਬੇ ਨੇ ਵਿਆਹ, ਕਿਉਂ ਇੱਕੋ ਹੀ ਘਰ ਹੁੰਦਾ ਸੀ। ਅਸੀਂ ਮੈਂ ਰਹਿੰਦੀ ਇੱਥੇ ਹੁੰਦੀ ਸੀ ਬਾਬੂ ਜੀ ਦੇ ਕੋਲ ਹੀ, ਅੱਛਾ ਜੀ, ਤੇ ਭੈਣ ਜੀ ਦੇ ਨਾਲ, ਭਾਬੋ ਜੀ ਦੇ ਨਾਲ। ਹਾਂਜੀ, ਤੇ ਰਜਿੰਦਰ ਵੀਰ ਜੀ ਸਾਰੇ ਅਸੀਂ ਤੁਹਾਨੂੰ ਕੇ ਇਕੱਠੇ ਹੀ ਹੁੰਦੇ ਸੀਗੇ। ਤੇ ਮੈਂ ਜਾ ਕੇ ਕਹਿਣਾ, ਮੈਂ ਕਹਿੰਦਾ ਸਾਡੇ ਬਾਬੇ ਨੇ ਵਿਆਹ ਆਉਣਾ, ਸਾਡੇ ਬਾਬੇ ਨੇ ਵਿਆਹ ਆਉਣਾ। ਫਿਰ ਮੈਂ ਗਈ ਤੇ ਕਹਿੰਦੇ ਹਾਂਜੀ ਤੁਹਾਡੇ ਬਾਬੇ ਵਿਆਹ ਗਏ ਆ। ਮੈਂ ਕਿਹਾ ਹਾਂਜੀ ਆਏ ਸੀਗੇ, ਤੇ ਵਿਆਹ ਹੋ ਗਿਆ ਉਹਨਾਂ ਦਾ। ਤੇ ਮੇਰੇ ਮੰਮੀ ਕਹਿੰਦੇ ਕਹਿੰਦੇ ਮੈਂ ਵੀ ਦਰਸ਼ਨ ਕਰਨੇ ਆ। ਮੈਂ ਕਿਹਾ ਤੁਸੀਂ ਵੀ ਆ ਜਿਓ। ਕਹਿੰਦੇ ਜਦੋਂ ਆਉਣਗੇ ਮੈਨੂੰ ਦੱਸਿਓ। ਮੈਂ ਕਿਹਾ ਅੱਛਾ ਜੀ। ਮੈਂ ਉਹਨਾਂ ਨੂੰ ਸੁਨੇਹਾ ਦੇ ਦਿੱਤਾ, ਸਾਡਾ ਇੱਥੇ ਲਾਗੇ ਕੋਟਪੁਰ ਮੇਰੇ ਪੇਕਿਆਂ ਦਾ ਪਿੰਡ ਆ। ਮੈਂ ਉਹਨਾਂ ਨੂੰ ਸੁਨੇਹਾ ਦੇ ਦਿੱਤਾ ਵੀ ਬਾਬਾ ਜੀ ਆਉਣ ਨੇ ਆ ਜਾਣਾ ਆ, ਤੇ ਤੁਸੀਂ ਆ ਜਾਓ। ਕਹਿੰਦੇ ਠੀਕ ਆ। ਅੱਜ ਉਹ ਸਵੇਰੇ ਹੀ ਆ ਗਏ, ਅੱਛਾ ਸਵੇਰੇ ਜੀ, ਹੀ ਆ ਗਏ। ਤਾਂ ਆਣ ਕੇ ਤਾਂ ਮੈਂ ਕਿਹਾ ਮੰਮੀ ਉਹਨਾਂ ਨੇ ਤਾਂ 11 ਵਜੇ ਉੱਠਣਾ ਆ। ਮੈਂ ਕਿਹਾ 11, 11:30 ਉੱਠਦੇ ਹੁੰਦੇ ਆ, ਉਹਨਾਂ ਨੇ ਉਦੋਂ ਉੱਠਣਾ। ਕਹਿੰਦੇ ਚਲੋ ਕੋਈ ਗੱਲ ਨੀ, ਆਪਾਂ ਛੁੱਟੇ ਬੈਠ ਜਾਂਦੇ ਹਾਂ। ਅਸੀਂ ਕੋਠੇ ਉੱਤੇ ਬੈਠ ਗਏ। ਕੋਠੇ ਉੱਤੇ ਜਦੋਂ ਬੈਠ ਗਏ, ਇਹਨਾਂ ਦਾ ਟਾਈਮ ਹੋਇਆ ਹੈ ਉੱਥੇ, ਤੇ ਉੱਪਰ ਜਾਂਦੇ ਹੁੰਦੇ ਸੀ ਉੱਧਰ ਇੱਧਰ ਵਾਲੇ ਮਕਾਨ। ਹਾਂ, ਬਾਹਰੋਂ ਪੌੜੀ ਉੱਪਰ ਸੀ, ਜਦੋਂ ਇਹ ਗਏ ਰਾਤ ਰਾਤ ਕੀ ਕਹਿੰਦੇ ਸਵੇਰੇ ਤੜਕੇ ਤੱਕ ਤੇ ਜਾਗਦੇ ਰਹਿੰਦੇ ਸੀ, ਤਾਂ ਫਿਰ ਲੇਟ ਉੱਠਦੇ ਸੀ। ਹਾਂਜੀ ਹਾਂਜੀ, ਲੇਟ ਬਹੁਤ ਉੱਠਦੇ ਸੀ। ਤੇ ਅਸੀਂ ਨਾ ਜਿਸ ਵੇਲੇ ਉਹ ਜਾ ਕੇ, ਤੇ ਚਲੋ ਆਪਣਾ ਜੋ ਸੀਗਾ ਉਹਨਾਂ ਨੇ ਕਰਨਾ ਸੀਗਾ, ਚਲੇ ਗਏ ਉਹ, ਅੰਦਰ ਚਲੇ ਗਏ। ਤੇ ਸਾਡੇ ਮੇਰੇ ਮੰਮੀ ਕਹਿੰਦੇ ਕਹਿੰਦੇ ਲੈ ਕਹਿੰਦੇ ਉਹ ਅੰਦਰ ਚਲੇ ਗਏ ਆ, ਆਪਾਂ ਦਰਸ਼ਨ ਕੀਤੇ ਨੀ ਗੇ। ਮੈਂ ਕਿਹਾ ਨਹੀਂ ਅਜੇ ਮੰਮੀ, ਉਹਨਾਂ ਨੇ ਬਾਹਰ ਨਿਕਲਣਾ ਆ, ਤੇ ਆਪਾਂ ਦੇਖਦੇ ਹਾਂ। ਮੈਂ ਅਸੀਂ ਦੂਜੇ ਪਾਸੇ ਨੂੰ ਮੂੰਹ ਕਰਕੇ ਬੈਠ ਗਈਆਂ ਮਾਵਾਂ ਧੀਆਂ। ਜਦੋਂ ਅਸੀਂ ਪਿੱਛੇ ਮੁੜ ਕੇ ਦੇਖਿਆ ਤੇ ਇਹ ਪੌੜੀਆਂ ਉਤਰਨ, ਤੇ ਮੰਮੀ ਮੇਰੇ ਕਹਿੰਦੇ ਹਾਂ ਕਹਿੰਦੇ ਉਹ ਤਾਂ ਚਲੇ ਵੀ ਗਏ, ਉਹ ਤਾਂ ਮੈਂ ਤਾਂ ਦਰਸ਼ਨ ਨੀ ਕੀਤੇ, ਮੈਂ ਤਾਂ ਦਰਸ਼ਨ ਨੀ ਕੀਤੇ। ਮੈਂ ਕਿਹਾ ਹਾਂ, ਮੈਂ ਕਿਹਾ ਵੀ ਇਹ ਤਾਂ ਆਪਾਂ ਬਹੁਤ ਵੀ ਇੱਧਰ ਨੂੰ ਜੇ ਆਪਾਂ ਮੂੰਹ ਕਰ ਲਿਆ, ਸ਼ਰਮਾਉਂਦਿਆਂ ਨੇ ਉਹਨਾਂ ਕੋਲ। ਜਦੋਂ ਅਸੀਂ ਇੰਨੀ ਗੱਲ ਅਜੇ ਕਰਦੇ ਹਾਂ, ਇਹ ਫੇਰ ਕੋਠੇ ਚੜੇ, ਅੱਛਾ ਦੋ ਜੀ, ਤਿੰਨ ਪੌੜੀਆਂ ਫੇਰ ਚੜੇ, ਫੇਰ ਸਾਡੇ ਵੱਲ ਚੰਗੀ ਤਰ੍ਹਾਂ ਦੇਖ ਕੇ ਚੰਗੇ ਸਾਡੇ ਕੋਲ ਖੜੇ ਰਹੇ। ਅਸੀਂ ਹੱਥ ਜੋੜੇ ਚੰਗੀ ਤਰ੍ਹਾਂ, ਸਾਨੂੰ ਲਓ ਦਰਸ਼ਨ ਕਰ ਲਓ, ਜਿੱਦਾਂ ਉਹਨਾਂ ਨੇ ਸਾਡੇ ਮਨ ਦੀ ਬੁੱਝ ਲਈ। ਇੱਛਾ ਤੇ ਪੂਰੀ ਕਰ। ਮੰਮੀ ਮੇਰੇ ਬੜੇ ਖੁਸ਼। ਹਾਂਜੀ, ਇੱਛਾ ਪੂਰੀ ਸਾਡੀ ਕਰ ਉਹਨਾਂ ਨੇ। ਤੇ ਹੋਰ ਬਾਕੀ ਉਹ ਛੋਟੇ ਮਹਾਰਾਜ ਜੀ ਆ, ਉਹ ਸਾਡੇ ਬੱਚਿਆਂ ਨਾਲ ਖੇਲਦੇ ਹੁੰਦੇ ਸੀਗੇ। ਕ੍ਰਿਕਟ ਖੇਡਣ ਚਲ ਜਾਣਾ, ਗੁੱਡੇ ਉਡਾਉਣੇ। ਸਾਡੇ ਕਬੂਤਰ ਹੁੰਦੇ ਸੀ, ਕਹਿਣਾ ਦੀਪੂ ਮੈਨੂੰ ਕਬੂਤਰ ਫੜਾਈ, ਨਾਲੇ ਕਬੂਤਰ ਫੜੀ ਜਾਣਾ, ਨਾਲੇ ਹੱਸੀ ਜਾਣਾ। ਹਿਲਦੀਆਂ ਨੇ, ਡਰਦੇ ਤੁਸੀਂ ਹੁੰਦੇ ਸੀ ਕਬੂਤਰ ਤੋਂ। ਹਾਂਜੀ, ਤੁਸੀਂ ਦੱਸੋ ਮਾਤਾ ਜੀ, ਤੁਸੀਂ ਦੱਸੋ, ਕਿਉਂਕਿ ਜਿੱਦਾਂ ਆਮ ਪੰਜਾਬ 'ਚ ਮੈਂ ਵੀ ਉੱਥੇ ਜੰਮਿਆ, ਮੈਂ ਵੀ ਛੋਟਾ ਹੁੰਦਾ ਸੀ, ਮੈਂ ਦਾਸ ਓਮ ਪ੍ਰਕਾਸ਼ ਜੀ ਬਾਊ ਜੀ ਹੁੰਦੇ ਸੀ ਉਹਨਾਂ ਦਾ ਪੁੱਤਰ ਆ,
ਤੇ ਹਾਂਜੀ ਉਸ ਵੇਲੇ ਤੇ ਲੋਕੀ ਜਿੱਦਾਂ ਆਪਾਂ ਮੁਹੱਲੇ ਵਾਲੇ ਗੁਆਂਢੀ ਜ਼ਿਆਦਾ ਗੱਲਾਂ ਕਰਦੇ ਹੁੰਦੇ ਸੀ, ਵਿਆਹ ਕਿੱਥੇ ਹੋ ਰਿਹਾ, ਕੀ ਹੋ ਰਿਹਾ, ਕਿਹਦੇ ਨਾਲ ਹੋ ਰਿਹਾ, ਮੁੰਡਾ ਕੌਣ ਹੈ। ਤੇ ਜਦੋਂ ਇਹਨਾਂ ਨਾਲ ਰਿਸ਼ਤਾ ਕੀਤਾ ਤੇ ਪਤਾ ਲੱਗਿਆ ਹੀ ਸਭ ਨੂੰ ਕਿ ਬਾਬਾ ਜੀ ਹੈ, ਕਿਉਂਕਿ ਇਹਦੇ ਪਹਿਲਾਂ ਆਉਂਦੇ ਸੀ। ਤੁਸੀਂ ਮਾਤਾ ਜੀ ਦੱਸੋ ਕਿ ਤੁਸੀਂ ਲੋਕੀ ਕੀ ਸੋਚਦੇ ਹੁੰਦੇ ਸੀ? ਅਸੀਂ ਬਸ ਇਹੀ ਸੋਚਦੇ ਸੀਗੇ ਵੀ ਇਹ ਕੀ ਕੀਤਾ ਇਹਨਾਂ ਨੇ, ਕਿਉਂ ਇਦਾਂ ਵਿਆਹਣ ਲੱਗੇ ਨੇ। ਤੇ ਜਦੋਂ ਅਸੀਂ ਇਹਨਾਂ ਦਾ ਵਿਆਹ ਸੀਗਾ ਤੇ ਅਸੀਂ ਸਤ ਨਾਰਾਇਣ ਮੰਦਿਰ ਦੇ ਵਿੱਚ ਜਾ ਕੇ ਬਹਿ ਗਏ ਤੇ ਅਸੀਂ ਉੱਥੇ ਇਹਨਾਂ ਨੂੰ ਜਦੋਂ ਵੇਖਿਆ ਕਾਰ ਚੋਂ ਨਿਕਲਦੇ ਆ ਤੇ ਹੈਰਾਨ ਹੀ ਹੋ ਗਏ, ਕਹਿੰਦੇ ਬਾਬਾ ਹੈ ਇਹ ਤੇ ਕੋਈ ਐਡਾ ਲੱਗਦਾ ਵਾ ਕੋਈ ਮੁੰਡਾ ਕੁੰਡਾ, ਇੰਨਾ ਸੋਹਣਾ ਸਪਾਰੀ ਸੂਟ ਪਾਇਆ, ਕੋਟ ਪੈਂਟ, ਸਿਹਰੇ ਲੱਗੇ ਹੋਏ, ਬਾਗੋ ਬਾਗ ਹੋ ਗਏ, ਨਿਹਾਲ ਹੋ ਗਏ, ਦਰਸ਼ਨ ਕਰਦੇ। ਕਹਿੰਦੇ ਆ ਫਿਰ ਕਿ ਅਸੀਂ ਆਪਣੇ ਘਰਾਂ ਵਿੱਚ ਕਹਿੰਦੇ ਕਿ ਉਸ ਅਸੀਂ ਆਪਣੇ ਜੀ ਮੇਰੇ ਘਰ ਦੇ 3 ਦਰਵਾਜੇ ਨੇ, ਜੀ ਅਸੀਂ ਤਿੰਨੇ ਦਰਵਾਜੇ ਖੋਲਦੇ ਵੀ ਸੰਗਤ ਸਾਰੀ ਜਗ੍ਹਾ ਮਰਜ਼ੀ ਆ ਕੇ ਦਰਸ਼ਨ ਕਰੇ। ਜੀ ਹਨਾ ਰਾਸ਼ ਇੰਨਾ ਹੀ ਹੋ ਗਿਆ ਨਾ, ਬਾਹਰ ਜੈਮਾਲਾ ਵੀ ਲੋਕਾਂ ਨੇ ਪਾਉਣ ਦਿੱਤੀ, ਫਿਰ ਅੰਦਰ ਆਣ ਕੇ ਜੈਮਾਲਾ ਪਾਈ ਉਹਨਾਂ ਨੇ ਕਹਿੰਦੇ ਸਾਰੇ ਕਿ ਕਮਰੇ ਦੇ ਵਿੱਚ। ਜਦੋਂ ਘੋੜੇ ਤੋਂ ਉਤਰੇ ਸੀ ਤਾਂ ਉਦੋਂ ਜੈਮਾਲਾ ਪਾਣੀ ਸੀ, ਇੱਕ ਗਲੀਆਂ ਤੁਹਾਡੀਆਂ ਬਹੁਤ ਵੱਡੀਆਂ ਨੇ ਬੀੜੀਆਂ, ਤੇ ਕੀ ਕਹਿੰਦੇ ਫਿਰ ਕਰੀਏ, ਅੰਦਰ ਜਾ ਕੇ ਜੈਮਾਲਾ ਵਿਹੜੇ ਚ ਪਾਈ। ਇਹੋ ਹੀ ਹੋਇਆ ਬੂਹੇ ਚ ਜਾਂ ਹਾਂ ਵਿਹੜੇ ਚ? ਰਸ਼ ਬਹੁਤ, ਸੰਗਤ ਬਹੁਤ ਜ਼ਿਆਦਾ ਸੀਗੀ ਵੀਰ ਜੀ, ਤੇ ਬਾਕੀ ਨਨੀਆਂ ਦਾ ਰਸ਼ ਵੀ ਬਹੁਤ ਸੀਗਾ ਹਨਾ। ਫਿਰ ਪ੍ਰੇਮ ਜੀ ਕਹਿਣ ਲੱਗੇ ਤੁਸੀਂ ਅੰਦਰ ਆ ਜਾਓ, ਤੁਸੀਂ ਅੰਦਰ, ਕਾਲਾ ਪੈ ਗਿਆ ਪ੍ਰੇਮ, ਤੇ ਫਿਰ ਅੰਦਰ ਆ ਲਿਆ ਕੇ ਤੇ ਇਸ ਕਮਰੇ ਦੇ ਵਿੱਚ ਇੱਥੇ ਜੈਮਾਲਾ ਪਾਈ ਕਿਉਂਕਿ ਉਹਨਾਂ ਨੇ। ਉਦੋਂ ਮੇਰੇ ਖਿਆਲ ਆਪਣੇ ਕਪੂਰਥਲੇ ਚ ਉਹਨਾਂ ਲਾਇਆ ਹੋਇਆ ਸੀ ਕੌਂਸਲ ਵਾਲਿਆਂ ਨੇ ਬੈਨ ਕਿ ਵੀ 21 ਬੰਦਿਆਂ ਤੋਂ ਵੱਧ ਨਹੀਂ ਜਾ ਸਕਦੀ ਬਰਾਤ ਕਿਤੇ, ਨਾ ਜੁਰਮਾਨਾ ਕਰਦੇ ਹਾਂਜੀ ਸੀ। ਤੇ ਇੱਥੇ ਤੇ ਹਾਂਜੀ ਹਜੂਰ ਮਹਾਰਾਜ ਜੀ ਦੇ ਸੇਵਕ ਹੀ ਕਿੰਨੇ ਸੀ ਕਪੂਰਥਲੇ ਜੀ ਇਕੱਲੇ ਚ, ਬਾਕੀ ਤੇ ਹੋਰ ਬਹੁਤ ਜਗ੍ਹਾ ਤੋਂ ਤੇ ਸੰਗਤ ਸੀ, ਬਹੁਤ ਸੰਗਤ ਸੀ ਸਾਡੇ ਨਾ, ਆਂਢ ਗੁਆਂਢ ਕਿਸੇ ਦਾ ਬਨੇਰਾ ਕੋਈ ਖਾਲੀ ਨਹੀਂ, ਤੇ ਗਲੀ 'ਚ ਇੰਨਾ ਰਸ਼ ਸੀ ਨਾ ਜਿੱਦਾਂ ਦੁਸਹਿਰੇ ਦਾ ਮੇਲਾ ਲੱਗਦਾ ਹੁੰਦਾ, ਬਹੁਤ ਜ਼ਿਆਦਾ ਰਸ਼, ਕਹਿੰਦੇ ਨੇ ਬਹੁਤ ਕਿ ਜ਼ਿਆਦਾ। ਉਸ ਟਾਈਮ ਤੇ ਮਹਾਰਾਜ ਜੀ ਦੇ ਕਹਿੰਦੇ ਕਿ ਰੂਪ ਇੰਨਾ ਜ਼ਿਆਦਾ ਚੜਿਆ ਸੀਗਾ ਕਿ ਵੀ ਮੀਨਜ਼ ਵੈਸੇ ਹੀ ਵਿਆਹ ਤੇ ਰੂਪ ਚੜ ਜਾਂਦਾ, ਪਰ ਉਹਨਾਂ ਕਹਿੰਦੇ ਕਿ ਇੱਕ ਅਲੌਕਿਕ ਤੇਜ਼ ਸੀਗਾ ਉਹਨਾਂ ਦੇ ਚਿਹਰੇ ਤੇ। ਬਹੁਤ ਬਹੁਤ ਜ਼ਿਆਦਾ ਸੀ, ਬਹੁਤ ਸੋਹਣੇ ਸੀ, ਬਹੁਤ ਸੋਹਣੇ ਸੀ, ਬਹੁਤ ਜ਼ਿਆਦਾ, ਜਿੰਨੀ ਕਿ ਉਹਨਾਂ ਦੀ ਤਾਰੀਫ ਕੀਤੀ ਜਾਵੇ ਬਹੁਤ ਜ਼ਿਆਦਾ ਹੀ ਉਹਨਾਂ ਦੇ ਰੂਪ ਰੰਗ ਹਨਾ, ਜਿਹੜਾ ਦੇਖਦਾ ਸੀ ਨਾ ਹੈਰਾਨ ਹੀ ਹੋ ਜਾਂਦਾ ਸੀ, ਜਿਹੜਾ ਦੇਖਦਾ ਸੀ ਉਹ ਹੈਰਾਨ ਹੀ ਹੋ ਜਾਂਦਾ ਸੀ, ਉਹ ਸ਼ਾਇਰ ਨੇ ਲਿਖਿਆ ਅਸੀਂ ਕਿ ਆਪ ਖੁਦ ਗੋਰਾ ਹੈਰਾਨ ਹੋ ਗਏ ਸੀ। ਮਾਤਾ ਜੀ ਕਿਸੇ ਨੇ ਕਿਹਾ ਗੋਰਾ ਮੁਖ ਤੇ ਅੱਖ ਮਸਤਾਨੀ, ਹੰਸਾ ਹਾਂਜੀ ਵਰਗੀ ਚਾਲ, ਤੇ ਜਿੰਨਾ ਰਾਵਾਂ ਤੋਂ ਲੰਘ ਜਾਂਦਾ ਸੀ ਲੋਕੀ ਸਜਦੇ ਕਰਨ ਹਜ਼ਾਰ, ਸਾਰੇ ਇਦਾਂ ਹੀ ਕਰਦੇ ਰਹਿ ਜਾਂਦੇ ਸੀ। ਇਹਨਾਂ ਦਾ ਉਹੀ ਹਿਸਾਬ ਸੀ, ਇਹਨਾਂ ਨੂੰ ਸਜਦੇ ਹਜ਼ਾਰ, ਮੋਹਣੀ ਮੂਰਤ ਸੀ, ਮੋਹਣੀ ਮੋਹਣੀ ਮੂਰਤ ਮੂਰਤ ਸੀ, ਮੋਹਣੀ ਮੂਰਤ, ਮੋਹਣੀ ਮੂਰਤ ਸੀ, ਮੋਹਣੀ ਮੂਰਤ ਸੀ, ਗੁੱਡੇ ਵੀ ਡਾਂਦੇ ਸੀ ਇੱਥੇ ਆਣ ਕੇ ਹਨਾ, ਬਹੁਤ ਕੁਝ ਕਰਦੇ ਹੁੰਦੇ ਸੀਗੇ ਹਨਾ, ਜਦੋਂ ਅਸੀਂ ਤਾਂ ਉਹਨਾਂ ਦਾ ਸਾਰਾ ਕੁਝ ਇਹਨਾਂ ਅੱਖਾਂ ਨਾਲ ਸਭ ਕੁਝ ਵੇਖਿਆ, ਸਾਨੂੰ ਪਤਾ ਹੀ ਕਿੰਨਾ ਜਦੋਂ ਮੈਨੂੰ ਯਾਦ ਆ ਜਦੋਂ ਦੇਖਿਆ। ਬਸੰਤ ਪੰਚਮੀ ਹੁੰਦੀ ਸੀ, ਤੇ ਬਸੰਤ ਪੰਚਮੀ ਹੁੰਦੀ ਸੀ ਤੇ ਇੱਕ ਦੋ ਵਾਰੀ ਮੈਂ ਵੀ ਡੈਡੀ ਦੇ ਨਾਲ ਆਇਆ, ਕਿਉਕਿ ਮਹਾਰਾਜ ਜੀ ਦੀ ਗੱਡੀ ਧੋਣ ਵਾਸਤੇ ਉੱਥੇ ਗਈ ਸੀ ਤੇ ਮਹਾਰਾਜ ਨੂੰ ਸਾਈਕਲ ਤੇ ਲਿਆਉਣਾ ਸੀਗਾ, ਤੇ ਬਾਬਾ ਜੀ ਕਿੱਥੇ ਆਇਆ ਤੇ ਦੇਖਿਆ ਬਾਬਾ ਜੀ ਉੱਪਰ ਉਹ ਗੁੱਡੇ ਚਾੜਦੇ ਪਏ, ਤੋ ਤੇ ਛੱਤ ਤੇ ਉੱਪਰ ਗੁੱਡੇ ਚਾੜਦੇ, ਹਾਂ ਪਤੰਗ ਚੜਾਉਣ ਦਾ ਉਹਨਾਂ ਨੂੰ ਗੁੱਡੇ ਸ਼ੌਂਕ ਡਾਂਦੇ ਸੀਗਾ। ਸੀ, ਇਹ ਨਜ਼ਾਰੇ ਅਸੀਂ ਦੇਖੇ ਹੋਏ ਅਸੀਂ ਆ, ਨਜ਼ਾਰੇ ਦੇਖੇ ਹੋਏ ਨੇ ਹਨਾ ਸਾਨੂੰ। ਅੱਜ ਮੈਨੂੰ ਲਾਸਟ ਦੱਸੋ ਕਿ ਤੁਸੀਂ ਹੁਣ ਇੱਥੇ ਬੈਠ ਕੇ ਇਸ ਜਗ੍ਹਾ ਤੇ ਉਹ ਸਮਾਂ ਯਾਦ ਕਰੋ, ਤੁਸੀਂ ਕੀ ਮਹਿਸੂਸ ਕਰਦੇ ਹੋ? ਅਸੀਂ ਬਹੁਤ ਚੰਗਾ ਮਹਿਸੂਸ ਕਰਦੇ ਹਾਂ, ਸਾਨੂੰ ਉਹਨਾਂ ਦੀਆਂ ਯਾਦਾਂ ਆਉਂਦੀਆਂ ਨੇ ਹਨਾ, ਸਾਨੂੰ ਹਾਲਾਂਕਿ ਖੁਸ਼ੀ ਬੜੀ ਹੋਈ ਹੈ ਖੁਸ਼ੀ ਇੱਥੇ ਬੜੀ ਹੋਈ ਹੈ ਦਰਬਾਰ ਦੇ। ਕਿ ਚਾਹ ਦਰਬਾਰ ਤੇ ਕੁਛ ਤਾਂ ਬਣਿਆ ਹਨਾ, ਵੀ ਚਲੋ ਸਤਸੰਗ ਹੁੰਦਾ, ਕੰਨੀ ਚੰਗੀਆਂ ਆਵਾਜ਼ਾਂ ਪੈਂਦੀਆਂ ਨੇ, ਸੰਗਤਾਂ ਦੇ ਦਰਸ਼ਨ ਕਰਦੇ ਹਾਂ, ਸਾਨੂੰ ਬਹੁਤ ਚੰਗਾ ਲੱਗਦਾ। ਮੇਰੇ ਨਿੱਕੇ ਨਿੱਕੇ ਪੋਤਾ ਪੋਤੀ ਹੋ ਰਹਿੰਦਾ ਹੀ ਇੱਥੇ ਆ, ਅੱਛਾ ਜੀ, ਹੋ ਰਹਿੰਦਾ ਹੀ ਇੱਥੇ ਆ। ਹਾਂਜੀ ਵਾਹ, ਧੰਨੋ 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 ਕਿ ਜਿਹੜੇ ਉਸ ਗਲੀਆਂ ਚ ਕਹਿੰਦੇ ਨੇ ਜਿੰਨਾ ਰਾਵਾਂ ਤੋਂ ਲੰਘ ਜਾਵੇ ਤੂੰ ਸਜਦੇ ਕਰਨ ਜਾ, ਤੁਹਾਡੇ ਦਰਵਾਜ਼ਿਆਂ ਕੋਲੋਂ ਤੋਂ ਲੰਘ ਕੇ ਆਉਂਦੇ ਸੀ ਤੇ ਲੰਘ ਕੇ ਜਾਂਦੇ ਸੀ। ਹਾਂਜੀ ਤੇ ਜਦੋਂ ਹਾਂਜੀ ਆਉਂਦੇ ਸੀ ਤੇ ਮੋਟਰਸਾਈਕਲ ਦੀ ਆਵਾਜ਼ ਆਉਂਦੀ ਸੀ, ਠਿੱਠ 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 ਠਿੱਠ, ਫਿੱਟ ਫਿੱਟ ਫਿੱਟ, ਮੇਰੀ ਗੱਲ ਸੁਣੋ, ਜਦੋਂ ਵੀ ਆਉਂਦੇ ਸੀ ਨਾ ਰਾਤ ਨੂੰ, ਰਾਤ ਅੱਧੀ ਰਾਤ ਆਉਂਦੇ ਸੀ, ਅੱਧੀ ਰਾਤ ਆਉਂਦੇ ਹੁੰਦੇ ਸੀ ਲੈਣ ਵਾਸਤੇ,
ਤੇ ਅਸੀਂ ਕੋਠੇ ਦੇ ਉੱਪਰ ਸੌਂਦੇ ਹੁੰਦੇ ਸੀਗੇ। ਸਾਡੀ ਬਾਰੀ ਨਾ ਇਹਨਾਂ ਦੇ ਬੂਹੇ ਅੱਗੇ ਆ ਸਾਡੀ, ਜੀ ਤੇ ਅਸੀਂ ਨਾ ਇਹਨਾਂ ਨੂੰ, ਇਹਨਾਂ ਨੇ ਬਾਹਰ ਹੱਸਣਾ ਕਰਨਾ, ਨਾਲ ਇਹਨਾਂ ਦੇ ਇੱਕ ਦੋ ਬੰਦੇ ਜ਼ਰੂਰ ਹੁੰਦੇ ਸੀ। ਜ਼ਰੂਰ ਹੁੰਦੇ ਸੀ। ਕਹਿੰਦਾ ਮੇਰੇ ਸਹੁਰੇ ਡਰਪੋਕ ਬੜੇ ਨੇ, ਮੇਰੇ ਸਹੁਰੇ ਬੜੇ ਡਰਪੋਕ ਨੇ, ਤੇ ਕਹਿੰਦਾ ਇਹਨਾਂ ਨੇ ਦੇਖੀ ਇਹਨਾਂ ਨੂੰ ਅਖੜੇ ਪੈ ਜਾਂਦੇ ਨੇ, ਇਹਨਾਂ ਨੂੰ ਚਾਬੀ ਨਹੀਂ ਲੱਭਣੀ, ਹਨਾ ਏਦਾਂ ਕਹਿਣਾ ਕਰਨਾ ਇਹਨਾਂ ਨੇ, ਬਾਹਰ ਹੱਸਣਾ ਕਰਨਾ। ਤੇ ਅਸੀਂ ਸਾਰੀਆਂ ਗੱਲਾਂ ਕੁੱਥੇ ਸੁਣਿਆ ਕਰਨੀਆਂ ਕਰਨੀਆਂ, ਇਹ ਕਹਿੰਦਾ ਬਿਲਕੁਲ ਲੈ ਗਲਤ, ਆਈ। ਇਹ ਬਿਲਕੁਲ ਗਲਤ ਤੁਹਾਡੀ, ਹਾਂਜੀ ਠੀਕ ਹੈ ਕਿ ਜਿਹੜੇ ਆਪਣੇ ਪਟਵਾਰੀ ਸਾਹਿਬ ਬਾਬੂ ਜੀ ਹੈ, ਬਾਬੂ ਬਾਊ ਜੀ, ਉਹ ਤੇ ਵਿਚਾਰੇ ਜਦੋਂ ਹਾਂਜੀ ਮਹਾਰਾਜ ਜੀ ਆਉਂਦੇ, ਮੈਨੂੰ ਪਤਾ ਵਾ ਇਦਾਂ ਹੱਥ ਜੋੜ ਕੇ, ਬਸ ਇਦਾਂ ਹੱਥ ਜੋੜ ਕੇ ਬੈਠੇ ਰਹਿੰਦੇ ਹੁੰਦੇ ਸੀ। ਉਹਨਾਂ ਨੂੰ ਦਿਖਦਾ ਸੀ, ਉਹਨਾਂ ਨੂੰ ਪਤਾ ਸੀ ਇਹ ਕੌਣ ਆ। ਤੇ ਭਾਬੋ ਜੀ ਹਾਂਜੀ, ਜਿਹੜੇ, ਭਾਬੋ ਜੀ ਵੱਖਰੇ ਸੁਭਾਅ ਦੇ ਹੁੰਦੇ ਸੀ, ਉਹ ਵੱਖਰੇ ਵੱਖਰੇ ਹੈ ਨਾ। ਦੇ ਭਾਬੋ ਜੀ ਜਵਾਈ ਹਾਂਜੀ, ਕਰਕੇ ਹੀ ਮੰਨਦੇ ਸੀ। ਜਵਾਈ ਕਰਕੇ ਮੰਨਦੇ ਸੀ, ਹਾਂ ਜਵਾਈ ਕਰਕੇ ਮੰਨਦੇ ਸੀ। ਹਾਂ ਫਿਰ ਇਹਨਾਂ ਨੇ ਨਾ, ਇਹਨਾਂ ਦੇ ਕੋਠੇ ਤੇ ਬਾਰੀ ਹੁੰਦੀ ਸੀਗੀ, ਫਿਰ ਇਹਨਾਂ ਨੇ ਚਾਬੀ ਲੈ ਕੇ ਬਾਰੀ ਤਰੀ ਵੇਖਣ ਜਾਣਾ, ਫਿਰ ਇਹਨਾਂ ਨੇ ਆਣ ਕੇ ਬੂਹਾ ਖੋਲਣਾ, ਹਨਾ। ਫਿਰ ਅਸੀਂ ਸਾਰਿਆਂ ਨੇ ਬੜਾ ਹੀ ਹੱਸਣਾ, ਕਹਿਣਾ ਲੈ ਵੀ ਇਹਨਾਂ ਰਾਤੀ ਦਰਸ਼ਨ ਲਾ ਲਾਣ ਕੇ ਨਾ ਡਰਾ ਦਿੰਦਾ ਸਾਨੂੰ। ਭਾਬੋ ਜੀ ਨੇ ਕਹਿਣਾ ਸਾਨੂੰ ਰਾਤ ਨੂੰ ਲਾ ਦਿੰਦਾ, ਕਹਿੰਦੇ ਅਸੀਂ ਡਰ ਜਾਂਦੇ ਹਾਂ। ਕਹਿੰਦੀ ਜਨਕ ਸਾਡਾ ਪਾਸੇ ਪੈਂਦਾ ਨਾ ਬੂਹਾ, ਅਸੀਂ ਡਰ ਜਾਂਦੇ ਹਾਂ, ਅਸੀਂ ਹੱਸਣਾ ਕਰਨਾ ਗੱਲਾਂ ਕਰ ਕਰਕੇ। ਏਦਾਂ ਦੇ ਤਾਂ ਅਸੀਂ ਨਜ਼ਾਰੇ ਦੇਖ ਕੇ ਤੁਹਾਨੂੰ ਦੱਸ ਨਹੀਂ ਸਕਦੇ, ਬਿਆਨ ਨਹੀਂ ਕਰ ਸਕਦੇ, ਦੇਖੋ ਬਹੁਤ ਨਜ਼ਾਰੇ ਦੇਖ। ਇਹ ਮਾਤਾ ਜੀ ਇੱਕ ਹਿਸਟਰੀ ਹੋ ਗਈ। ਦੇਖੋ ਜਦੋਂ ਅਸੀਂ ਜਾਂਦੇ ਹਾਂ ਕਈ ਵਾਰੀ ਬਟਾਲੇ ਤੇ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ, ਕੰਧ ਸਾਹਿਬ ਮੱਥਾ ਟੇਕੀਦਾ, ਉਹ ਸਮਾਂ ਯਾਦ ਹਾਂਜੀ ਕਰੀਦਾ ਕਿ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਇੱਥੇ ਵਿਆਹ ਕਰਨ ਆਏ ਸੀ, ਇੱਥੇ ਬੈਠੇ ਸੀ, ਹਾਂਜੀ ਤਾਂ ਆਪ ਜੀ ਨੇ ਸਭ ਕੁਝ ਦੇਖਿਆ ਉਸ ਘਰ 'ਚ। ਕਦੀ ਸਮਾਂ ਆਏਗਾ ਆਪ ਦੇ ਪੋਤੇ ਪੜਪੋਤੇ ਗਾਂ ਯਾਦ ਕਰਿਆ ਕਰਨਗੇ ਕਿ ਸਾਡੇ ਵੀ ਇੱਥੇ ਹੁੰਦੇ ਸੀਗੇ, ਆਪਣਾ ਪਰਿਵਾਰ, ਉਹਨਾਂ ਨੇ ਦੇਖਿਆ ਸਾਰਾ ਨਜ਼ਾਰਾ। ਸਾਨੂੰ ਮਾਣ ਹੈ ਇਸ ਗੱਲ ਦਾ, ਮਾਣ ਹੈ ਸਾਨੂੰ, ਬਹੁਤ ਮਾਣ ਹੈ ਸਾਨੂੰ, ਕਦੀ ਇਹਨਾਂ ਦੀ ਦੇਖਿਆ ਸੰਗਤ ਵਿੱਚ ਨਹੀਂ ਸੀ ਗਿਣਿਆ। ਹਾਂਜੀ, ਆਪਣੀਆਂ ਸਾਲੇ ਹਾਰ ਹੀ ਸਮਝ ਦਿੰਦੇ, ਸਾਨੂੰ ਕਦੀ ਨਹੀਂ ਸੀ ਉਹਨਾਂ ਨੇ ਸੰਗਤ ਵਿੱਚੋਂ ਸਮਝਣਾ, ਪਰ ਅਸੀਂ ਮੱਥਾ ਟੇਕੀਦਾ ਸੀਗਾ, ਹਨਾ। ਤੇ ਸਾਨੂੰ ਕਦੀ ਉਹਨਾਂ ਨੇ ਸਾਲੇ ਹਾਰ ਸਮਝ ਦਿੰਦੇ ਸੀਗੇ, ਕਹਿੰਦਾ ਭਰਜਾਈਆਂ ਕਹਿਣਾ, ਸਾਰਿਆਂ ਨੂੰ ਗਲੀ ਚ ਲੰਘਣਾ ਨਾ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਕੇ ਹੀ ਆਉਣਾ, ਇੰਨੇ ਉਹਨਾਂ ਦਾ ਮਤਲਬ ਸਹੁਰਿਆਂ ਵਾਲੀ ਗਲੀ ਚ ਆਏ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਨਾ, ਜਿਹੜਾ ਉਹਨਾਂ ਦੇ ਵਿੱਚ ਉਹ ਬਾਬਿਆਂ ਵਾਲੀ ਗੱਲ ਨਹੀਂ। ਵੱਲੋਂ ਵੀ ਆਪ ਜੀ ਨੂੰ ਕੋਟਣ ਕੋਟਣ ਪ੍ਰਣਾਮ, ਤੇ ਅੱਜ ਮੈਂ ਵੀ ਧੰਨ ਹੋ ਨਹੀਂ ਗਿਆ ਉਹ ਨਹੀਂ ਪੁਰਾਣੀਆਂ ਰੂਹਾਂ ਦੇ ਦਰਸ਼ਨ ਨਹੀਂ ਕਰਕੇ, ਨਹੀਂ ਉਹਨਾਂ ਤੇ ਨੂੰ, ਵਰਨ ਦਾ ਵੀ ਧੰਨਵਾਦ ਹੈ ਜਿਹਨੇ ਬੱਚੇ ਨੇ ਇਹ ਹਾਂਜੀ ਅੱਜ ਸੰਗਤਾਂ ਨੂੰ ਦਿਖਾਇਆ ਤੇ ਆਪ ਜੀ ਦੇ ਨਾਲ ਮਿਲਾਇਆ। ਮਹਾਰਾਜ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀਆਂ ਕਲਾ 'ਚ ਰੱਖੇ, ਮਾਨ ਇੱਜ਼ਤ ਬਖਸ਼ੇ, ਹਾਂਜੀ, ਤੰਦਰੁਸਤੀਆਂ ਬਖਸ਼ੇ। ਅਸੀਂ ਤਾਂ ਬੜੇ ਵੱਡੇ ਭਾਗਾਂ ਨੇ ਜਿਹਨਾਂ ਨੇ ਤੁਹਾਡੇ ਦਰਸ਼ਨ ਕੀਤੇ ਨੇ, ਹਨਾ, ਸੰਗਤ ਦੇ ਚਲੋ ਕੀਤੇ ਆ, ਸੰਗਤ ਦੇ ਕੀਤੇ ਨੇ ਤੇ ਕਰਦੇ ਆ, ਚਲੋ ਹਾਂਜੀ। ਭੁੱਲ ਚੁੱਕ ਮਾਫ ਰਾਧਾ ਸੁਆਮੀ, ਦਾਸ ਵਰਨ ਜੀ, ਮੈਂ ਆਪ ਜੀ ਦਾ ਹਾਂਜੀ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਕਿ ਸੱਚੀ ਤੁਸੀਂ ਆਪ ਜੀ ਨੇ ਅੱਜ ਜੋ ਇਹ ਧੰਨ ਧੰਨ ਕਰਾਇਆ ਸੰਗਤ ਨੂੰ, ਇਹ ਮਾਤਾਵਾਂ ਦੇ ਦਰਸ਼ਨ ਕਰਾ ਕੇ, ਆਪ ਜੀ ਨੇ ਗੁਰੂ ਮਹਾਰਾਜ ਦੇ ਸਥਾਨ ਦੇ ਦਰਸ਼ਨ ਕਰਾ ਕੇ, ਤੇ ਆਪ ਜੀ ਕਹਿੰਦੇ ਨਾ ਕਿ ਅਭਿਮਨਿਊ ਵਾਂਗੂ, ਅਭਿਮਨਿਊ ਪੈਦਾ ਨਹੀਂ ਹੋਇਆ ਸੀ ਤੇ ਕਿਸ਼ਨ ਮਹਾਰਾਜ ਨੇ ਉਪਦੇਸ਼ ਦਿੱਤਾ ਸੀ, ਉਹਨੇ ਅੰਦਰ ਹੀ ਸੁਣ ਲਿਆ, ਠੀਕ ਹੈ, ਤੇ ਕਿਸ਼ਨ ਮਹਾਰਾਜ ਜੀ ਨੂੰ ਦੇਖਿਆ ਜਾਂ ਨਹੀਂ, ਪਰ ਆਪ ਜੀ ਨੇ ਸਾਰਾ ਗਿਆਨ ਅੰਦਰ ਲਿਆ ਜਦੋਂ ਹਜ਼ੂਰ ਮਹਾਰਾਜ ਜੀ ਆਪ ਜੀ ਦੇ ਘਰ ਜਾਇਆ ਕਰਦੇ ਸੀ। ਕਿਉਂ? ਅੱਜ ਇੱਥੇ ਆਪ ਜੀ ਦੀ ਡਿਊਟੀ ਲੱਗਣੀ ਸੀ, ਆਪ ਜੀ ਕੋਲੋਂ ਸੇਵਾ ਲੈਣੀ ਸੀ, ਠੀਕ ਹੈ, ਤੇ ਅੱਜ ਇਸ ਸੰਗਤਾਂ ਨੂੰ ਵੀ ਉਹਨਾਂ ਦੇ ਰੂਬ ਰੂ ਹੋ ਕੇ ਆਪ ਜੀ ਕੋਲੋਂ ਇਹ ਸਥਾਨ ਦੇਖਣ ਵਾਸਤੇ ਮੌਕਾ ਮਿਲਣਾ ਸੀ। ਤੇ ਆਪ ਜੀ ਕੀ ਮਹਾਰਾਜ ਕਹਿਣਾ ਜੀ, ਚਾਹੁੰਦੇ ਹੋ ਸੰਗਤਾਂ ਨੂੰ, ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ? ਸੰਗਤਾਂ ਨੂੰ ਜੀ ਅਸੀਂ ਆਹੀ ਬੇਨਤੀ ਕਰਨਾ ਚਾਹੁੰਦੇ ਕਿ ਜੋ ਸਤਿਗੁਰੂ ਮਹਾਰਾਜ ਦਰਸ਼ਨ ਦਾਸ ਜੀ ਸਾਡੇ ਲਈ ਕਰਕੇ ਗਏ, ਅਸੀਂ ਕਦੇ ਵੀ ਉਹਨਾਂ ਲਈ ਕੁਛ ਨਹੀਂ ਕਰ ਸਕਦੇ, ਬਸ ਅਸੀਂ ਇੰਨਾ ਕੁ ਚਾਲੀਏ ਕਿ ਉਹਨਾਂ ਦੇ ਦਰਸਾਏ ਗਏ ਰਸਤੇ ਚੱਲਣ ਦੀ ਕੋਸ਼ਿਸ਼ ਕਰਦੇ। ਇਹ ਬਿਲਕੁਲ ਠੀਕ ਹੈ, ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਆਪ ਜੀ ਦੇ ਕੀ ਕਹਿੰਦੇ ਆ ਮੱਥੇ ਤੇ ਉਹਦਾ ਤਿਲਕ ਦੇਖ ਕੇ। ਮਹਾਰਾਜ ਜੀ ਕਹਿੰਦੇ ਸੀ ਕਿ ਮੱਥੇ ਤੇ ਤਿਲਕ ਮੇਰੇ ਰੱਬ ਦੀ ਨਿਸ਼ਾਨੀ ਹੈ, ਜਿਹਨੂੰ ਵੇਖ ਕੇ ਉਹ ਖੁਸ਼ ਹੁੰਦਾ। ਮੈਨੂੰ ਬੜੀ ਬਿਲਕੁਲ ਖੁਸ਼ੀ ਹੋਈ ਹੈ ਆਪ ਜੀ ਨੂੰ ਇਸ ਰੂਪ 'ਚ ਦੇਖ ਕੇ, ਵਰਦੀ ਦੇਖ ਕੇ, ਤੇ ਮੈਂ ਵੀ ਆਸ ਕਰਦਾ ਤੇ ਆਪ ਜੀ ਵੀ ਇਹਨਾਂ ਸਾਰਿਆਂ ਨੂੰ ਕਹੋ ਜਿਹੜੇ ਦੇਖ ਰਹੇ ਆ ਕਿ ਡਰੋ ਨਾ ਲੋਕ ਇਲਾਜ ਤੋਂ। ਆਪ ਜੀ ਦੱਸੋ ਕਿ ਆਪ ਜੀ ਨੂੰ ਕੀ ਮਿਲਦਾ ਇਲਾ ਕੇ? ਮੈਨੂੰ ਜੀ ਮੈਂ ਦੱਸ ਨਹੀਂ ਸਕਦਾ, ਇਹਦੇ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ। ਬਚਪਨ ਤੋਂ ਘਰਦਿਆਂ ਨੇ ਲਾਇਆ ਵਾ, ਹੁਣ ਤਾਂ ਮਹਾਰਾਜ ਜੀ ਦੀ ਕਿਰਪਾ ਨਾਲ, ਗੁਰੂ ਮਹਾਰਾਜ ਜੀ ਨੇ ਇੰਨੀ ਕਿਰਪਾ ਕੀਤੀ ਆ
2.5 साल हो गए आ मैं आ वर्दी दे विच ही रहना वा 24 घंटे। वाह 24 घंटे महाराज जी ने हुक्म किया क्योंकि जिदा महाराज ने जींदे जी कफन पाया ते वो किसे तो नहीं डरे जींदे जी। नहीं महाराज जी कहते तुसी तां जींदे जी अपने साका तो डरते हो मत्थे संदूर दे टिक्के नहीं ला सकते तुसी साडे लई की करना। बिल्कुल ठीक असीं होना डरना क्या। कदों सानूं दर्शन दास वर्गा रब मिलिया जो शेर दे वांग गरजदा सीगा किसे तो डरदा नहीं सीगा सच दे लई ओह खड़िया जदों रब धरती ते आंदा सच दे लई आंदा बस सिर्फ। ते दर्शन दास रब ही सी उहनूं मनण वाले मनदे नहीं मनण वाले ना मनण साडे लई तां रब सी साडे लई रब हैगा वा ते रहे। बिल्कुल ठीक। ये जिहड़ी प्रेरणा, ये जिहड़ा जोश है मन 'च, तां ही आंदा जदों दृढ़ इरादे नाल प्यार हो जाए। ते आप जी नूं प्यार हो गया इस उम्र 'च। प्यार कुड़ियां नाल हुंदा, गुरुआं नाल नहीं हुंदा। ते तुसीं धन हो, तुहाडे दादे पड़दादे, तुहाडी मम्मी, सारे धन ने कि इस उम्र 'च आप रब दे वाले पासे प्यार लाया। और जिन्ने इस उम्र 'च प्यार कर लिया, अल्लड़ उम्र 'च जिन्हें इश्क कर लिया ना, जिद्धर कर लिया, वो फिर उतों कभी पिछे नहीं होंदा। बस महाराज जी कृपा करन, आप जी नू चढ़ दिया कला च रखन, नेक दास बनान, चढ़ दिया कला च रखन। जो आप दे मन दी इच्छा है ना, दाता पूरी करे। क्योंकि आप वर्गे इस यंग जवान मुंडे नू देख के सच्ची मैनू भी बहुत कि कहिंदे अपना समा याद आंदा कि जदों यूनिफॉर्म पा के खड़े होईदा सी, इन्ना मन च शौक ते प्राउड हुंदा सी अंदर कि बस कहिंदा सी कि किसे चीज़ का भी सामना कर सकते हैं असीं, ते गोली भी आ जाएगी ते इदां फड़ लांगे, कुछ नहीं होना, इन्ना जोश हुंदा सी। ते बिल्कुल बिल्कुल आप जी का बहुत बहुत धन्यवाद, मातावां का बहुत बहुत धन्यवाद। ते आप जी एक वो दर्शन कराओ कि हजूर महाराज जी ने जिस तरह जल की बख्शिश की हुई है, बटाला हाँ दरबार जी महाराज जी ने जल की बख्शिश की सी, उत्थे हाथ लाया सी। फिर कपू अपना जलंधर, जलंधर शहर से जिथे महाराज जी ने ज्योति मिली सी, उत्थे महाराज जी ने जल की वर्खा की, जल न हाथ लाया। ते इस स्थान पर भी महाराज जी ने जल न वरदान दिता, फिर लोनी दरबार दिता, ते फिर उस तो बाद इंग्लैंड दे विच 190 जिथे महाराज जी रहा करते सी, बर्मिंगम दे विच, उस स्थान नू उन्होंने वर दिता। ते आज आप जी इस संगतां नू इस दिखाओ जिथे महाराज जी ने इस वरदान दिता हथ ला के। जी जरूर साध संगत जी, आप जी देखो ये जो स्थान है, ये महाराज जी दे ससुराल जिथे महाराज जी का विवाह होया सी, शादी हुई सी, ये वो नल है जिथे महाराज जी ने इनू भी वरदान दिता, जिथे हाथ लाता। कहिंदे ने कि जिथे गुरु ने रहमत करती, उथे गंगा जमुना सरस्वती अपने आप ही आ गई। सो ये कपूरथल दे विच, इस घर दे विच हजूर महाराज जी ने लाया। आप पढ़ सकते हो कि वो पवित्र नल है जिस नू हजूर महाराज दर्शन दास जी ने वरदान दिते सी कि जो भी कोई इस नल दा जल छकेगा और शरीर ओदे शरीर दे सारे दुख दूर हो जाणगे। और महाराज जी ने यह भी किया कि जल नू अपने घर रखो, सवेरे उठ के अरजोई करके नहा धो के घर च इहदा छिट्टा लाओ, ते चूली पियो, आप दे दुख दूर होया करनगे। ये वो देख लो आप जी, ये लाइव इस वेले आप जी देख रहे हो कपूरथला दे विचों जिथे हजूर महाराज जी की शादी हुई सी। ते जदों आप जी नू मौका लगे इस स्थान ते आप जी जरूर जाओ। थैंक यू दास वरण जी, आप जी का बहुत बहुत, आप जी का बहुत बहुत धन्यवाद। कि कहिंदे आ कि मेरे कोल लफाज नहीं है कि जो आप जी ने आज संगत नूं ये दिखाया, क्योंकि बड़े ही कि कहिंदे आ कि भाग चंगे होंदे आ जदों गुरु दे, ते गुरु दे स्थान दे, ते गुरु दे प्यारे दे दर्शन होंदे आ। ते अज कि कहिंदे आ कि संगत भी खुश होएगी। ते मैं सब दे अगे ये बेनती करदा कि जदों भी आप इंडिया जाओ, जिदा आप बाकी धामां ते जांदे हो, ते कपूरथला शहर इस स्थान ते भी जरूर जाओ। फिर पता नहीं कदों मौका मिले जां ना मिले, इस स्थान तो की मिल जाना, कितों की मिल जाना। और महाराज जी ने ते इनू वरदाना दे नाल भरिया। ते आप जी जरूर जाओ, आप दियां मूंहों मंगियां मुरादां पूरियां होणगियां। हाँ, दिल तो करो, दिल तो करोगे ते होएगी, लैण वास्ते नहीं, एक की कहिंदे आ कि एक अचानक। सो आप जी लास्ट की कहना चाहते वरुण जी संगतां नूं? बस जी साध संगत जी नूं आही बेनती करना चाहते हैं कि जो महाराज जी ने सानू इस कलयुग दे विच एक महामंत्र महाराज जी ने दिता कि नानक नाम चढ़दी कला तेरे भाणे तेरे भाणे सरबत दा सरबत दा भला। भला।
महाराज जी अक्सर क्या करते सीगे कि जे तुसी किसी का भला मंगो कि नानक पातशाह वो देख के पहला तुहाडा भला करेगा। असी कोशिश करिए कि असी कला कथनी दे विच करनी दे विच भी नाल लै के जो महाराज ने सानू बख्शिश किया असी कला बोलन तक सीमित ना रहिए करन च भी अगे वधीए। ये आप जी ने बहुत चंगी गल कही है। ये हजूर महाराज जी लास्ट 3 ईयर जेडे इंग्लैंड च इतने रहे ने उन्होंने ये कहा कि मैं होवां जां ना होवां, कहिंदे कि सारी उम्र असी इत्थे नहीं रहना, पर अज मैं तैनू एक वचन दिंदा कि जो मेरे मालिक ने मैनू दिता, नानक नाम चढ़दी कला तेरे भाणे सरबदा भला अरजोई निराधार। किते भी किसी भी औकड़ मुसीबत वाले इनू आप जी करके देख लियो, त्या के देख लियो दिलों, ते आप जी दे हर काम पूरे होणगे, रब आप दे संग आएगा। अंग ते उदों आंदा है जदों प्रतख रूप च आंदा, आप ही दे संग रहेगा। ते कहिंदे कि ये साडा वचन है आप जी नू कि जिथे भी हो आप जी ने नाम नहीं लिया जां लिया इनू ही आप जी अपना नाम समझ के और साढ़े सामने फोटो दे अरदास करके अपने आप नूं मन लोगे कि आज तो बाद तुसी शिष्य हो ते वो तुहाडा गुरु है, ते कहिंदे तुहाडे इथों दे ते उथों दे जिहड़े आ पार उतारे हो जाण। ये सच है, बिल्कुल जी, बिल्कुल बिल्कुल सच है। बिल्कुल जी, बिल्कुल ओके, ते अज दे लई वरुण जी इन्ना ही, आप जी का तहे दिल तो शुक्रिया अदा। मैं माफ़ी चाहता आप पहले जी नहीं का कर शुक्रिया। सकिया, मैं इटली तो सवेरे आया, आ के हुण मैं कपड़े बदल के ते आप जी दे नाल ए की कहिंदे के अज की कहिंदे आ इंटरव्यू कर रहे हैं। मैनू थोड़ी देर हो गई आया नूं कि मैनू बहुत शौक सीगा, मन च चाह भी सीगा कि आ कि महाराज जी सच्चे पातशाह के संगतां नूं ये भी दरबार दिखाइए, ते आप जी की कोशिश दे नाल आप जी की कहिंदे कि ये की कहां हुण भज दौड़ दे करके आप जी ने सारी संगत नूं दर्शन कराए है। मैं आस करदा कि सारियां संगतां आणगियां, मैं भी जदों आवांगा ते दाता कृपा करे आप जी दे दर्शन करांगा, इस दरबार दे फिर दर्शन करांगा जदों बचपन च कीते सी। बहुत ठीक बहुत है, धन्यवाद जी आप जी का। ओके। नानक नाम चढ़दी कला चढ़दी तेरे कला तेरे भाणे पाने सरबत दा भला, सरबत दा भला। धन गुरु दर्शन। सतसंग जी, आप जी ने देखिया और आप जी ने सुनिया भी है, ते अज दो गल्लां आप जी ने इस विचों जरूर देखिया होणगियां सुनिया होणगियां। एक ते हजूर महाराज जी का धाम ते असी देखिया कि जिथे शादी हुई, ठीक है, बड़े भागा वाले हैं कि इत्थे बैठे हैं, दर्शन किते जिथे जिथे आप बैठे हो ते दर्शन किते। दूसरा वो बेटा वरुण आप जी देखियो किन्ना सुंदर कौन किन्ना सोहना लगता सी, वर्दी पा के तिल लगा के ते सेवा कर रहा है। इस उम्र च आ उम्र तो कोई होंदा जेड़ा इस पासे लगता, इस उम्र च तो बंदे कहिंदे कि मेरी अल्लड़ बुने दी उम्र है, मैं ते अपने यारां दोस्तां दे नाल मौज मस्तियां दे नाल गुजारनी है, ते ये देख लो बेटा ड्यूटी कर रहा है। मैं ये नहीं कहिंदा कि साढ़े सारे बच्चे मतलब कि सब कुछ छड़ के ड्यूटी करन, नहीं, वो तो चलो जिन्हों उन्हें लगन लानी है, पर कम से कम असी अपने बच्चों नूं इस पासे तो जरूर पा सकते हैं, उम्मीद कर सकते हैं। मैं भी आप जी दे नाल हाँ, आप जी दे विच हाँ, मैं भी कोशिश करदा मेरे बच्चे भी इस तरह दे बनन, इस तरह दे होन, दुनिया दे काम भी करन नाल, पर अपने अंदर दृढ़ विश्वास रखन, अकीदा रखन, ते तां कि रहिंदी दुनिया तक साडा भी नां रवे। दाते ने सानू मौका दिता है सानू चंगिया बनन दा, अही चंगियां बनिए। ते मेरी भी आपके अगे बेनती है कि जदों भी कभी आप जी इंडिया जाओ ते सारे गुरु दे धामां ते जरूर जाओ जिथे हजूर महाराज जी दे चरण पे है। मेरे कोलो कोई गलती हो गई होए जां वरण कोलो जां मातावां ने कुछ कहता होए तो मैं माफी चाहना। मैं हमेशा क्या करदा, मैं लिखदा नहीं, जो गुरु महाराज जी कहिंदे ने बुलांदे ने मैं ते उन्हां नूं कहिंदा कि जो ठीक है दाता आप जी आके कहो, आप जी आके संगतां नूं दसो, जेड़ा उन्हां नूं उन्हां चो कुछ मिले तो साडी जिंदगी दा आधार हो सके। सो आप जी माफ कर दोगे जिहड़ियां गलतियां भुला चुका होईयां होणगियां, आप जी भी कुछ कहना चाहते हो ते आप जरूर आके इस चैनल ते कह सकदे हो, आप जी दा मेरा नहीं है आप जी दा है, ते इस करके है कि साडा जामा सुधर जाए।
ਸਾਡਾ ਜਾਮਾ ਕੀ ਕਹਿੰਦੇ ਮਹਾਨ ਬਣ ਜੇ ਮਹਾਰਾਜ ਕਹਿੰਦੇ ਆ, ਤੇ ਤਾਂ ਕਿ ਸਾਡੇ ਮਾਂ ਬਾਪ ਸਾਡੇ ਸੱਜਣ ਮਿੱਤਰ ਵੀ ਮਾਣ ਕਰ ਸਕਣ। ਜਿਸ ਤਰ੍ਹਾਂ ਉਸ ਟਾਈਮ ਤੇ ਮਾਤਾ ਜੀ ਕਹਿੰਦੇ ਨੇ ਕਿ ਬਾਬੇ ਦੇ ਨਾਲ ਵਿਆਹ ਤਾਂ ਹੈ, ਇਹ ਬਾਬਾ ਤਾਂ ਹੀਰੋ ਲੱਗਦਾ, ਬਾਬਾ ਲੱਗਦਾ ਨਹੀਂ, ਪਰ ਕਹਿੰਦੇ ਨੇ ਕਿ ਉਹ ਦਾਤਾ, ਉਹਦੇ ਰੰਗ ਨਿਆਰੇ ਨੇ, ਉਹਦੇ ਤੇ ਕਿੰਨੇ ਰੂਪ ਨੇ, ਕਿਹੜੇ ਰੂਪ 'ਚ ਕਿੱਦਾਂ ਕਦੋਂ ਕਿਸੇ ਨੂੰ ਦਰਸ਼ਨ ਦੇਣੇ ਆ, ਇਹ ਦਾਤੇ ਨੇ ਦੇਣੇ। ਸੋ ਅੱਜ ਦੇ ਲਈ ਇੰਨਾ ਹੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਧੰਨ ਗੁਰਦਰਸ਼ਨ। ਰਹਿਮਤਾਂ ਕਰਦਾ ਏ, ਝੋਲੀਆਂ ਭਰਦਾ ਏ, ਮੇਰਾ ਪੀਰਾਂ ਦਾ ਪੀਰ, ਮੇਰਾ ਸ਼ਾਹੀ ਫਕੀਰ, ਮੇਰਾ ਦਰਸ਼ਨ ਬਾਬਾ ਏ। ਇੱਕ ਵਾਰੀ ਜਿਹਨੂੰ ਕਹਿੰਦੇ ਤੱਕ ਲੈਂਦਾ ਨਾ, ਉਹਦਾ ਹੋ ਕੇ ਮਰਦਾ, ਤੇ ਅੱਖਾਂ ਦੇ ਵਿੱਚ ਆਪ ਜੀ ਮਸਤੀ ਦੇਖੋ, ਧੰਨ ਦਰਸ਼ਨ।